ਅਸਲਾਮ ਅਲੈਕਮ ਦੋਸਤੋ, ਕੀ ਹਾਲ ਚਾਲ ਨੇ? ਤੁਸੀਂ ਵੇਖ ਰਹੇ ਹੋ ਮਦਰ ਸੈਨ ਟੀਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਮਦਰ ਸੈਨ ਜੋਯਾ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਰੋਜ਼ ਨਵੀਂ ਵੀਡੀਓ ਨਾਲ ਹਾਜ਼ਰ ਹੁੰਦਾ ਦੋਸਤਾਂ ਭਰਾਵਾਂ ਦੀ ਖਿਦਮਤ ਦੇ ਵਿੱਚ, ਅਤੇ ਮੈਂ ਜਨਾਬ ਉਹਨਾਂ ਭਰਾਵਾਂ ਦਾ ਬੜਾ ਮਸ਼ਕੂਰ ਹਾਂ ਅਤੇ ਬੜਾ ਸ਼ੁਕਰੀਆ ਅਦਾ ਕਰਨਾ ਕਿ ਜਿਹੜੇ ਮੇਰੇ ਚੈਨਲ ਨੂੰ ਬੜੀ ਮੁਹੱਬਤ ਦੇ ਨਾਲ ਅਤੇ ਬੜੀ ਚਾਹਤ ਦੇ ਨਾਲ ਵੇਖਦੇ ਨੇ, ਅਤੇ ਦੋਸਤਾਂ ਜਨਾਬ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਨੇ। ਜਿਹੜੇ ਮੇਰੇ ਵੀਰ ਦੋਸਤ ਭਰਾ ਨੇ ਚੈਨਲ ਨੂੰ ਮੇਰੇ ਸਬਸਕ੍ਰਾਈਬ ਨਹੀਂ ਕੀਤਾ, ਉਹ ਜਨਾਬ ਸਬਸਕ੍ਰਾਈਬ ਕਰ ਲਓ ਤਾਂ ਕਿ ਮੇਰੀ ਹਰ ਆਉਣ ਵਾਲੀ ਨਵੀਂ ਵੀਡੀਓ ਦਾ ਤੁਹਾਨੂੰ ਟਾਈਮ 'ਤੇ ਮੈਸੇਜ ਪਹੁੰਚੇ ਅਤੇ ਤੁਸੀਂ ਜਨਾਬ ਉਹ ਵੀਡੀਓ ਵੇਖੋ। ਸਭ ਤੋਂ ਪਹਿਲੇ ਅੱਜ ਮੈਂ ਇੱਕ ਵੀਡੀਓ ਲੈ ਕੇ ਆਇਆ ਜਨਾਬ, ਚੋਲਸਤਾਨੀ ਅਤੇ ਵਿਲਾਇਤੀ ਕ੍ਰਾਸ। ਬਾਕੀ ਗੱਲਾਂ ਜਨਾਬ ਮਾਲਕ ਉਹ ਪੁੱਛਾਂਗੇ, ਇਹ ਕਿੰਨਵਾਂ ਸੂਆ ਹੈ, ਪਿੱਛੇ ਦੇ ਕੀ ਹੈ, ਕਿੰਨੇ ਦਿਨ ਹੋ ਗਏ ਸੂਈ ਨੂੰ, ਅਤੇ ਦੁੱਧ ਜਨਾਬ ਕਿੰਨਾ ਹੈ, ਇਹ ਸਾਰੀਆਂ ਗੱਲਾਂ ਬਾਤਾਂ ਜਨਾਬ ਕਰਾਂਗੇ ਮਾਲਕ ਨਾਲ। ਪਹਿਲੇ ਤੁਹਾਨੂੰ ਗਾਂ ਦਿਖਾ ਲਈਏ, ਫਿਰ ਮਾਲਕ ਨਾਲ ਸਾਰੀਆਂ ਗੱਲਾਂ ਬਾਤਾਂ ਕਰਨੇ ਆ। ਇਹ ਗਾਂ ਦੀ ਜਨਾਬ ਮੈਂ ਇਸੇ ਵੀਡੀਓ 'ਚ ਚੁਆਈ ਵੀ ਕਰਾਵਾਂਗਾ, ਔਰ ਇਨਸ਼ਾਅੱਲਾ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਵੀ ਆਏਗੀ। ਸਿੰਘਾਂ ਨੂੰ ਜਨਾਬ ਮੋਨੀ ਹੈ, ਕੈਮਰਾਮੈਨ ਸਾਹਿਬ ਇਹਦਾ ਬੱਚਾ ਵਿਖਾ ਦਿਓ, ਬੱਚਾ ਵਿਖਾਓ, ਇਹਦਾ ਨਾੜਵਾ ਵਿਖਾਓ ਬੱਚੇ ਦਾ। ਇਹ ਜਨਾਬ ਵਹਿੜ ਹੈ ਮਾਸ਼ਾਅੱਲਾ, ਸਿੰਘਾਂ ਤੋਂ ਮੋਨੀ ਹੈ, ਸ਼ਾਹ ਕਾਲਾ ਥਾਣੇ ਵਿਰਲ ਵੀ ਚੰਗੀ ਹੈ। ਇਹ ਬੱਚਾ ਵਿਖਾਓ ਕੈਮਰਾਮੈਨ ਸਾਹਿਬ, ਬੱਚੇ ਦਾ ਨਾੜਵਾ ਵਿਖਾਓ ਥੱਲੀ ਨਾਲ। ਮਾਲਕ ਨੂੰ ਪੁੱਛਣੇ ਕਿੰਨੇ ਦਿਨ ਹੋ ਗਿਆ ਜਨਾਬ ਨਾੜਵਾ ਬੱਚੇ ਦਾ ਜਨਾਬ ਨਾਲ ਖੜਾ ਜੇ। ਇਹ ਬੱਚਾ ਜਨਾਬ ਪਿੱਛੇ ਦੇ ਬੱਚਾ ਦੋਸਤੋ, ਖੋਲੋ ਜੀ ਮਾੜੀ ਗਾਂ ਚੋਰੋ ਮਾਰਾ ਚੋਰੋ ਜਨਾਬ, ਇਹਦੀ ਚੁਆਈ ਵੀ ਆਪਾਂ ਕਰਵਾਵਾਂਗੇ ਇਨਸ਼ਾਅੱਲਾ ਤਾਲਾ, ਤਾਂ ਸਾਰਾ ਕੁਝ ਜਨਾਬ ਆਪਣੇ ਸਾਹਮਣੇ ਆ ਜਾਏਗਾ। ਦੁੱਧ ਥੋੜ੍ਹਾ ਹੈ, ਜ਼ਿਆਦਾ ਹੈ, ਇੱਧਰ ਨੂੰ ਟੋਰੋ ਜੀ ਗਾਂ ਥੋੜ੍ਹੀ, ਔਰ ਇਨਸ਼ਾਅੱਲਾ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਵੀ ਆਏਗੀ। ਇੱਥੇ ਥੋੜ੍ਹੀ ਠੱਲੀ ਯਾਰ ਮਾੜਾ ਜਿਹਾ, ਖਲਾਉਣਾ ਨਹੀਂ ਇਹਨੇ, ਭਗਵਾਨਾ ਸ਼ਾਨੇ ਸਹੀ ਕਰ ਲਈ ਮਾੜੀਏ। ਡਰਦੀ ਡਰਦੀ ਹੈ, ਡਰਦੀ ਇਹ ਜੀ ਡਰ ਰਹੀ ਹੈ ਕਿ ਪਤਾ ਨਹੀਂ ਕੈਮਰੇ ਵਾਲਾ ਮੇਰੇ ਨਾਲ ਕੀ ਕਰਨ ਲੱਗਾ। ਇਹ ਤਾਂ ਖੜੋ ਕੇ ਨਾ ਅਗਲੇ ਪਾਸ ਥਾਣਾ ਲਾ ਰਹਾ। ਠੀਕ ਹੈ, ਚੱਲ ਲਿਆਓ ਜੀ ਬੰਨੋ। ਇਹਦੇ ਟੁਰਨ ਫਿਰਨ ਕੋਈ ਮਸਲਾ ਨਹੀਂ ਜੀ, ਇਹਦੀਆਂ ਲੱਤਾਂ ਬਿਲਕੁਲ ਠੀਕ ਨੇ ਮਾਸ਼ਾਅੱਲਾ। ਪੁਰਾਣ ਪੁਰਾਣ ਦਾ ਜਾਨਵਰ ਇਹੀ ਮਕਸਦ ਹੁੰਦਾ ਕਿ ਉਹਦੇ ਟੁਰਨ ਫਿਰਨ ਵਿੱਚ ਕੋਈ ਮਸਲਾ ਨਾ ਹੋਵੇ। ਬੰਨੋ ਜੀ ਇਹਨੂੰ। ਬਾਕੀ ਜਨਾਬ ਗੱਲਾਂ ਪੁੱਛ ਲੈਂਦੇ ਹਾਂ ਭਾਈ ਆਦਮ ਕੋਲੋਂ, ਨੰਬਰ ਵੀ ਭਾਈ ਆਦਮ ਦਾ ਵਿੱਚ ਦੇਵਾਂਗੇ। ਇਹ ਸਾਦਾ ਨੰਬਰ ਹੀ ਹੈ, ਇਹਦੇ 'ਚ ਵਟਸਐਪ ਕੋਈ ਨਹੀਂ ਬਣਿਆ ਜਨਾਬ, ਇਹਨਾਂ ਨੇ ਤੁਸੀਂ ਗੱਲ ਕਰਨੀ ਹੈ, ਇਹ ਤੁਹਾਡੇ ਨਾਲ ਇਨਸ਼ਾਅੱਲਾ ਪਿਆਰ ਮੁਹੱਬਤ ਵੀ ਕਰਨਗੇ। ਇੱਧਰ ਆਓ ਭਾਈ ਆਦਮ, ਲਓ ਵੀ ਸਾਡੇ 'ਤੇ ਲਾ, ਇੱਥੇ ਇੱਧਰ ਆ ਵੀ, ਇੱਧਰ ਆ, ਇੱਧਰ ਉੱਧਰ ਨਾ ਵੀ। ਅਸਲਾਮ ਅਲੈਕਮ, ਕੀ ਹਾਲ ਨੇ, ਉੱਚੀ ਬੋਲੋ ਥੋੜ੍ਹਾ ਜਿਹਾ। ਠੀਕ। ਅੱਛਾ, ਇਹ ਕਿੰਨਵਾਂ ਸੁਆ ਸੂਈ? ਇਹ ਦੂਸਰਾ ਸੂਆ। ਕਿੰਨਵਾਂ ਸੁਆ ਸੂਈ ਭਾਈ? ਦੂਸਰਾ ਜੀ। ਹੈਂ? ਦੂਸਰਾ ਸੂਆ। ਦੂਸਰਾ ਸੂਆ? ਹਾਂਜੀ। ਠੀਕ ਹੋ ਗਿਆ, ਅਤੇ ਕਿੰਨੇ ਦਿਨਾਂ ਦੀ ਸੂਈ? 4 ਦਿਨ ਹੋ ਗਏ। 4 ਦਿਨ ਹੋ ਗਿਆ ਸੂਈ ਨੂੰ। ਇਹਦੇ ਮਗਰ ਕੀ? ਵੱਛਾ। ਵੱਛਾ ਹੈ? ਹਾਂਜੀ। ਅੱਛਾ, ਹਾਜ਼ਰ ਟਾਈਮ ਜਿਹੜਾ ਦੁੱਧ ਹੈ ਉਹ ਦੱਸਣਾ ਹੈ, ਜ਼ਿਆਦਾ ਨਹੀਂ ਦੱਸਣਾ ਜਿੰਨਾ ਆਪਾਂ ਚੋ ਕੇ ਦੇਣਾ। ਬਿਲਕੁਲ। ਕਿੰਨਾ ਦੁੱਧ ਹੈ? 6 ਲੀਟਰ ਹੈ ਇੱਕ ਟਾਈਮ ਦਾ। ਇੱਕ ਟਾਈਮ ਦਾ 6 ਲੀਟਰ? 12 ਲੀਟਰ ਦੋਨੋਂ ਟਾਈਮਾਂ ਦਾ? ਦੋਵਾਂ ਟਾਈਮ। ਬੱਚੇ ਨੂੰ ਪਿਆ ਕੇ ਜਾਂ ਟੋਟਲ? ਟੋਟਲ ਜੀ, ਟੋਟਲ। ਟੋਟਲ 12 ਲੀਟਰ? 12 ਲੀਟਰ। 4 ਦਿਨ ਦੀ ਸੂਈ ਕੋਲੇ? 4 ਦਿਨ ਦੀ। ਥਣਾਂ 'ਚ ਕੋਈ ਵਾਧਾ ਘਾਟਾ? ਕਿਸੇ ਕਿਸਮ ਦਾ ਨਹੀਂ। ਕਲੀਅਰ ਥਣਾਂ ਦੀ? ਬਿਲਕੁਲ। ਸੁਬਾਹ ਦੂਸਰਾ? ਦੂਸਰਾ। ਪਿਆਰ ਮੁਹੱਬਤ ਵਾਲਾ ਮੁੱਲ ਕਰਨਾ, ਮੁੱਲ ਜ਼ਿਆਦਾ ਨਹੀਂ ਕਰਨਾ। ਕਿੰਨਾ ਮੁੱਲ ਇਹਦਾ? ਇਹਦਾ ਵੀ 1.5 ਲੱਖ ਰੁਪਈਆ। 1.5 ਲੱਖ ਰੁਪਈਆ? ਅਗਰ ਜੇ ਕੋਈ ਮੇਰਾ ਭਰਾ ਆਖੇ ਵੀ 1.5 ਲੱਖ ਦਾ ਕੋਈ ਥੋੜ੍ਹਾ ਬਹੁਤਾ ਪਿਆਰ ਮੁਹੱਬਤ ਕਰੋ,
ਤੇ ਉਹ ਵੀ ਕਰਨਾ ਪਏਗਾ? ਇਹ ਤਾਂ ਹੋ ਜਾਂਦਾ ਹੋ ਜਾਂਦਾ ਹੈ। ਚਲੋ ਕਰ, ਇਹ ਤੁਸੀਂ ਕਰਨਾ ਹੈ ਪਿਆਰ ਮੁਹੱਬਤ, ਤੇ ਇਹਦਾ ਆਪਣਾ ਨੰਬਰ ਦੱਸੋ ਆਪਣਾ ਫੋਨ ਦਾ। 0-346-6172-4070। ਦੁਬਾਰੇ ਬੋਲੋ, 0-346-6172-4070। ਇਹਦੇ 'ਤੇ ਵਟਸਐਪ ਤਾਂ ਨਹੀਂ ਬਣਿਆ? ਨਹੀਂ, ਖਾਲੀ ਨੰਬਰ ਹੀ ਹੈ। ਖਾਲੀ ਨੰਬਰ ਹੀ ਦੋਸਤੋ, ਅਤੇ ਇਹਦੇ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ। ਇਹਦੇ 'ਤੇ ਬੱਚਾ ਲਾਓ ਹੁਣ ਇਹਦੇ ਨਾਲ। ਹਾਂ ਤਾਂ ਮੈਂ ਕਰਾਵੀਂਗਾ।